ਨਵਾਂਸ਼ਹਿਰ 'ਚ ਵਾਪਰਿਆ ਮੰਦਭਾਗਾ ਹਾਦਸਾ। 14 ਸਾਲਾ ਬੱਚੇ ਦੀ ਗਈ ਜਾਨ। ਗੁਜਰਾਂ ਦੀਆਂ ਮੱਝਾਂ ਬਣੀਆਂ ਮੌਤ ਦੀ ਕੌਲ। ਆਖਰ ਇੱਥੇ ਕੌਣ ਹੈ ਗਲਤ, ਪ੍ਰਸ਼ਾਸਨ ਜਾਂ ਫਿਰ ਗੁੱਜਰ ਜਾਂ ਫਿਰ ਵਿਚਾਰੇ ਡੰਗਰ। ਨਵਾਂਸ਼ਹਿਰ ਦੇ ਵਿੱਚ ਮੰਦਭਾਗਾ ਹਾਦਸਾ ਵਾਪਰਿਆ ਹੈ। 9ਵੀਂ ਕਲਾਸ 'ਚ ਪੜ੍ਹਦੇ 14 ਸਾਲਾ ਬੱਚੇ ਦੀ ਜਾਨ ਚਲੀ ਗਈ ਹੈ ਅਤੇ 3 ਗੰਭੀਰ ਰੂਪ 'ਚ ਜ਼ਖਮੀ ਹੋਏ ਨੇ ਅਤੇ ਵਜ੍ਹਾ ਬਣੀ ਹੈ ਗੁਜਰਾਂ ਦੀਆਂ ਮੱਝਾਂ। ਅਕਸਰ ਅਸੀਂ ਵੇਖਦੇ ਹਾਂ ਕਿ ਪ੍ਰਦਰਸ਼ਨਾਂ ਕਰਕੇ ਕਈ ਵਾਰੀ ਡੰਗਰਾਂ ਜਾਨਵਰਾਂ ਕਰਕੇ ਜਿੱਥੇ ਮਿਊਂਸੀਪੈਲਿਟੀ ਦੀ ਗਲਤੀ ਹੁੰਦੀ ਹੈ, ਉਹਨਾਂ ਦੇ ਵੱਲੋਂ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਜਾਂਦਾ ਤਾਂ ਕਿਤੇ ਨਾ ਕਿਤੇ ਮੈਨੇਜਮੈਂਟ ਦੇ ਫਲੋ ਦਾ ਜਿਹੜਾ ਖਮਿਆਜਾ ਆਮ ਪਬਲਿਕ ਨੂੰ ਭੁਗਤਣਾ ਪੈਂਦਾ। ਇੱਥੇ ਹਾਦਸੇ ਦੇ ਰੂਪ 'ਚ ਭੁਗਤਣਾ ਪਿਆ ਪੂਰੇ ਪਰਿਵਾਰ ਨੂੰ, ਜਿੱਥੇ ਉਹਨਾਂ ਦੇ 9ਵੀਂ ਕਲਾਸ 'ਚ ਪੜ੍ਹਦੇ 14 ਸਾਲਾ ਬੱਚੇ ਦੀ ਜਾਨ ਚਲੀ ਗਈ ਹੈ। ਉੱਥੇ ਹੀ ਉਸਦੇ ਮਾਪੇ ਹਜੇ ਤੱਕ ਜਿਹੜੇ ਇਲਾਜ ਨੇ ਹਸਪਤਾਲ ਦੇ ਵਿੱਚ, ਤਾਂ ਮੌਤ ਦੀ ਕਾਲ ਬਣੀ ਹੈ ਇਹ ਗੁਜਰਾਂ ਦੀਆਂ ਮੱਝਾਂ, ਜੋ ਕਿ ਮਕੰਦਪੁਰ ਦੇ ਅਧੀਨ ਆਉਂਦੇ ਪਿੰਡ ਰੈਪਾ ਤੋਂ ਹਾਦਸਾ ਸਾਹਮਣੇ ਆ ਰਿਹਾ, ਜੋ ਕਿ ਸਵਾਲ ਵੀ ਖੜ੍ਹੇ ਕਰ ਰਿਹਾ ਹੈ ਕਿ ਆਖਰ ਮੈਨੇਜਮੈਂਟ ਕਿਹੋ ਜਿਹੀ ਹੈ। ਕਿਵੇਂ ਵੀ ਕੋਈ ਡੰਗਰ ਹੈ ਜਿਹੜਾ ਉਹ ਸੜਕਾਂ 'ਤੇ ਫਿਰਦੇ ਨਜ਼ਰ ਆਉਂਦੇ ਨੇ, ਜਿੱਥੇ ਮਿਊਂਸੀਪੈਲਿਟੀ ਦੀ ਗਲਤੀ ਵੀ ਵੇਖੀ ਜਾ ਸਕਦੀ ਹੈ, ਅਣਗਹਿਲੀ ਵੀ ਵੇਖੀ ਜਾ ਸਕਦੀ ਹੈ, ਅਤੇ ਦੂਜੇ ਪਾਸੇ ਜਿਹੜਾ ਪਰਿਵਾਰ ਹੈ ਉਹ ਸਾਰਾ ਇਸ ਵਕਤ ਜੇਰੇ ਇਲਾਜ ਹੈ ਹਸਪਤਾਲ ਦੇ ਵਿੱਚ, ਅਤੇ ਵਿਚਾਰਿਆਂ ਨੂੰ ਆਪਣਾ ਬੱਚਾ ਵੀ ਹੱਥੋਂ ਗੁਆਉਣਾ ਪੈ ਗਿਆ। ਸੋ ਹੁਣ ਵੇਖਦੇ ਹਾਂ ਕਿ ਇਹਨਾਂ ਸਵਾਲਾਂ ਦੇ ਜਵਾਬ ਕੀ ਦਿੰਦੀ ਹੈ ਪੁਲਿਸ। ਸਾਡੇ ਲੜਕਾ ਬਿੰਜੋ ਤੋਂ ਆ ਜਿਨ੍ਹਾਂ ਦਾ ਐਕਸੀਡੈਂਟ ਹੋਇਆ, 2 ਉਹਨਾਂ ਦੇ ਬੱਚੇ ਸੀ, ਉਹਨਾਂ ਦੀ ਮਿਸਿਜ ਸੀ, ਖੁਦ ਉਹ ਆਪ ਮੋਟਰਸਾਈਕਲ ਚਲਾਉਂਦੇ ਸੀ, ਅਤੇ ਇਹ ਗੁਜਰਾਂ ਦੀਆਂ ਜਿਹੜੀਆਂ ਮੱਝਾਂ ਸੀ ਇਹ ਸੜਕ 'ਤੇ ਜਾ ਰਹੀਆਂ ਸੀ, ਇਹ ਆਪ ਲੈ ਕੇ ਜਾ ਰਹੀ ਸੀ। ਮੱਝਾਂ ਤਕਰੀਬਨ ਹੋਣੀਆਂ 100 ਦੇ 60 ਦੇ ਕਰੀਬ ਹੋਣੀਆਂ ਜਿਨ੍ਹਾਂ ਨੂੰ ਉਹ ਲੈ ਕੇ ਜਾ ਰਹੀ ਸੀ, ਅਤੇ ਉਹਨੇ ਆਪ ਡੰਡਾ ਮਾਰਿਆ ਮੱਝ ਨੂੰ, ਤਾਂ ਉਹ ਮੱਝ ਅੱਗੇ ਆ ਗਈ ਮੋਟਰਸਾਈਕਲ ਦੀ, ਅਤੇ ਮੋਟਰਸਾਈਕਲ ਵਿੱਚ ਵੱਜਾ, ਮੱਝ ਦੇ ਵਿੱਚ ਵੱਜਾ ਮੋਟਰਸਾਈਕਲ, ਤਾਂ ਮੋਟਰਸਾਈਕਲ ਜਾ ਕੇ ਵੱਜਾ ਗੱਡੀ 'ਚ ਜਾ ਕੇ ਫਿਰ ਦੁਬਾਰਾ, ਅਤੇ ਉਹਦੇ ਵਿੱਚ ਉਹ ਜਿਹੜੀ ਲੇਡੀਜ਼ ਆ ਉਹਨੂੰ ਨਹੀਂ ਫੜਿਆ ਗਿਆ, ਅਤੇ ਜਿਹੜਾ ਟਰੱਕ ਡਰਾਈਵਰ ਜਿਹਦਾ ਕੋਈ ਕਸੂਰ ਨਹੀਂ ਸੀ ਉਸ ਮੌਕੇ 'ਤੇ, ਅਤੇ ਉਹਨੂੰ 3 ਦਿਨ ਪੁਲਿਸ ਨੇ ਆਪਣੇ ਥਾਣੇ ਦੇ ਵਿੱਚ ਰੱਖਿਆ ਗਿਆ। ਅਤੇ ਅਸੀਂ, ਸਾਡੀ ਤਾਂ ਇਹੀ ਬੇਨਤੀ ਸੀ ਵੀ ਜੋ ਜਿਹਦਾ ਜੁਰਮ ਸੀ ਉਹਦੇ 'ਤੇ ਜੁਰਮ ਹੋਣਾ ਚਾਹੀਦਾ, ਅਤੇ ਇਹਨਾਂ ਨੂੰ DC ਦੇ ਹੁਕਮ ਦੇ ਅਨੁਸਾਰ ਉਹਨਾਂ ਨੂੰ ਲੋਡ ਥੋੜ੍ਹਾ ਵੀ ਮੱਝਾਂ ਉਹ ਚਰਾਉਣ ਜਾਂ ਮੱਝਾਂ ਸੜਕ ਕਰੋਸ ਕਰਾਉਣ, ਜੇ ਕਰੋਸ ਕਰਾਉਣੀ ਆ ਤਾਂ ਉਹਨਾਂ ਦੇ 2 ਬੰਦੇ ਹੋਣੇ ਚਾਹੀਦੇ ਆ, ਇੱਕ ਉੱਧਰ ਅਤੇ ਇੱਕ ਉੱਧਰ, ਕਿਉਂਕਿ ਖੜ੍ਹੇ ਹੋ ਕੇ ਮੱਝਾਂ ਵਹੀਕਲ ਦੇ ਅੱਗੇ ਹੱਥ ਦਿੱਤਾ ਜਾਵੇ ਤਾਂ ਮੱਝਾਂ ਕਰੋਸ ਕਰਾਉਣ। ਸਰ ਜੀ, ਇਹ ਆਪਣਾ ਇੱਕ ਇਹ ਮੁੰਡਾ ਅਤੇ ਵਹੁਟੀ ਅਤੇ ਇਹਨਾਂ ਦੇ 2 ਬੇਟੇ ਸੀਗੇ, ਇਹ ਜਾ ਰਹੇ ਸੀਗੇ ਜੀ ਮਸਾਣੀ ਵੱਲੋਂ, ਅਤੇ ਇਹਨਾਂ ਦੇ ਵਿੱਚ ਗੁੱਜਰਾਂ ਦੀ ਮੱਝ ਵੱਜੀ ਜੀ, ਮੱਝ ਵੱਜ ਕੇ ਮੋਟਰਸਾਈਕਲ ਅਨਬੈਲੈਂਸ ਹੋ ਗਿਆ ਜੀ, ਗੱਡੀ ਥੱਲੇ ਜਾ ਵੜਿਆ ਪੁਲਿਸ, ਅਤੇ ਇਹਨਾਂ ਦੇ ਸੱਟਾਂ ਲੱਗ ਗਈਆਂ ਜੀ, ਇੱਕ ਬੇਟੇ ਦੀ ਮੌਤ ਹੋ ਗਈ ਹੈ ਜੀ, ਦੂਜਾ ਵੀ ਆਪਣਾ ਵੈਂਟੀਲੇਟਰ 'ਤੇ ਹੈ। ਇਹ ਸਾਨੂੰ ਜੋ ਚਿੱਟ ਇੱਥੋਂ ਗੁਰੂ ਨਾਨਕ ਮਿਸ਼ਨ ਹੋਸਪਿਟਲ ਤੋਂ ਪ੍ਰਾਪਤ ਹੋਈ ਸੀ, ਉਹਦੇ ਮੁਤਾਬਕ ਜਿਹੜਾ ਲੜਕਾ ਸੌਰਵ ਮਾਹੀ ਸੀ ਉਹਦੀ ਡੈਥ ਹੋ ਗਈ। ਉਹਦੇ ਫਾਦਰ ਦੇ ਬਿਆਨਾਂ 'ਤੇ ਧਾਰਾ 106 BNS ਦੇ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ, ਅਤੇ ਰੇਸ਼ਮਾ ਪਤਨੀ ਮੁਰਾਦ ਅਲੀ ਵਾਸੀ ਰੈਪਾ ਨੂੰ ਗ੍ਰਿਫਤਾਰ ਕੀਤਾ ਗਿਆ।